अस्सलाम वालेकुम गाइस, मैं हां ਤੁਹਾਡਾ ਆਪਣਾ ਦੇਸੀ ਤੇ ਅੱਜ ਦੀ ਵੀਡੀਓ ਕਜ਼ਨ ਦੀ ਸ਼ਾਪ ਤੇ ਆ ਤੇ ਤਕਾਨੇ ਆ ਤੋਂ ਕੰਮ ਕਿਸ ਤਰ੍ਹਾਂ ਕਰੀਦਾ ਹੈ ਸਾਡੇ ਆਪਾ ਜੀ ਆਪਸ ਆਪ ਕੰਮ ਕਰ ਰਹੇ ਉਧਰ ਦੇਖ ਆਈ ਹੈ ਸਾਡੀ ਜਿਹੜੀ ਫੋਨ ਲੱਗੀ ਹੈ ਕੰਮ ਕਰਾਂ ਬਾਕੀ ਲਾਈਫ ਇੱਦਾਂ ਹੀ ਚੱਲ ਰਹੀ ਹੈ ਜਨਾਬ ਵੇਖੋ ਇਹ ਜ਼ਰਾ ਡਿਫਰੈਂਟ ਜੀ ਹੈ ਸ਼ੋਪ ਛੋਟੀ ਜੀ ਹੈ ਲੇਕਿਨ ਸਾਡੀ ਸਾਰੀਆਂ ਦੁਕਾਨਾਂ ਵਜੋਂ ਸਭ ਤੋਂ ਜ਼ਿਆਦਾ ਰਸ਼ ਹੈ ਇਸ ਦੁਕਾਨ ਦਾ ਉਹਨਾਂ ਅਤੇ ਅੱਜ ਵੈਸੇ ਵੀ ਇਤਵਾਰ ਹੈ ਇਤਵਾਰ ਵਾਲੇ ਦਿਨ ਇੱਥੇ ਨਾਲ ਮਾਰਕੀਟ ਲੱਗਦੀ ਹੈ ਮਾਰਕੀਟ ਵਿੱਚ ਜਿਹੜਾ ਉਹ ਮਾਰਕੀਟ ਦੀ ਵਜ੍ਹਾ ਜਿਹੜਾ ਉਹ ਐਤਵਾਰ ਹੈ ਇੱਥੇ ਕਾਫੀ ਰਸ਼ ਹੁੰਦਾ ਨੋਰਮਲੀ ਹਫ਼ਤਾ ਐਤਵਾਰ ਸਾਡੇ ਕੋਲ ਇਤਨਾ ਰਸ਼ ਨਹੀਂ ਆਉਣਾ ਅਤੇ ਸਾਡੇ ਚਾਚੂ ਹਨ ਚਾਚੂ ਮੁਸਕਾਰਪੁਰ ਦੇਸੀ ਇਨ ਸਪੇਨ Con los de Sinspen y te sale mis videos. Bueno. Bueno. ਤੁਹਾਨੂੰ ਸੈਰ ਕਰਾਉਂਦੇ ਹਾਂ ਜੀ ਫਲੋਰੀਦਾ ਦੀ ਫਲੋਰੀਦਾ ਗਲੀ ਫਲੋਰੀਦਾ ਦੀ ਨਾਲ ਉਹ ਪਾਕਿਸਤਾਨੀਆਂ ਦੀ ਸ਼ੋਪ ਹੈ ਗਰੋਸਰੀ ਸ਼ੋਪ ਬਾਅਦ ਉੱਪਰ ਉਹ ਜਿੱਥੇ ਔਰੇਂਜ ਜਿਹਾ ਬੋਰਡ ਲੱਗੇ ਹੈ ਇੱਥੇ ਕਰਕੇ ਉਹ ਮੋਬਾਈਲਾਂ ਦੀ ਸ਼ੋਪ ਹੈ ਇੱਕ ਦੂਸਰੀ ਸ਼ੋਪ ਤੋਂ ਉਹਨੂੰ ਦੁਕਾਨੇ ਆ ਮੋਬਾਈਲਾਂ ਦੀ ਉਹ ਨਜ਼ਰ ਆ ਰਿਹਾ ਹੁਣ ਨਹੀਂ ਨਹੀਂ ਨਜ਼ਰ ਆ ਰਿਹਾ ਧੁੱਪ ਦੀ ਵਜ੍ਹਾ ਤੋਂ ਨਹੀਂ ਨਜ਼ਰ ਆ ਰਿਹਾ ਮੈਂ ਤੁਹਾਨੂੰ ਚੈੱਕ ਕਰਾਉਂਦਾ ਹਾਂ ਇਹ ਸ਼ੋਪ ਹੈ ਜਿਹੜੀ ਕਜ਼ਨ ਦੀ ਹੈ ਅਤੇ ਮੈਂ ਜਾ ਰਿਹਾ ਹੁਣ ਉਸ ਸ਼ੋਪ ਵਾਲੀ ਸਾਈਡ 'ਤੇ ਮੁੰਡੇ ਨੇ ਬੋਰਡ ਲਾਇਆ ਦੇਸੀ ਸਪੇਨ ਦਾ ਉਹ ਤੁਹਾਨੂੰ ਚੈੱਕ ਕਰਾ ਲਿਆ ਜੀ ਇਹ ਨਾਲ ਪਾਰਕ ਹੈ ਉਹ ਸਾਰੀ ਮਾਰਕੀਟ ਲੱਗੀ ਹੈ ਥੱਲੇ ਕਰਕੇ ਉਹਦੀ ਵਜ੍ਹਾ ਤੋਂ ਕਾਫੀ ਰਸ਼ ਹੈ ਅਤੇ ਇਹ ਬੱਚਾ ਤੱਕ ਗੱਡੀ ਆਪਣੀ ਲੈ ਕੇ ਜਾ ਰਹੇ ਹੈ ਚੈੱਕ ਕਰਾਉਂਦਾ ਜਦੋਂ ਮੁੰਡੇ ਨਾਲ ਬੋਰਡ ਲਾਇਆ ਮੇਰਾ ਨਾਂ ਦਾ ਉਹ ਨਜ਼ਰ ਆਇਆ ਦੇਸੀ ਸਪੇਨ ਇਹ ਜਨਾਬ ਮੁੰਡੇ ਨਾਲ ਬੋਰਡ ਲਾਇਆ ਬੜੇ ਬੜਾ ਪਿਆਰ ਕਰਦਾ ਮੁੰਡਾ ਨਾਈਆਂ ਦੀ ਦੁਕਾਨ ਹੈ ਪੈਰੋ ਕੇਰੀਆ ਉਸ ਨਾਲ ਇੱਕ ਇਹ ਕਰਕੇ ਗੋਂਦਲ ਸਾਹਿਬ ਦੀ ਮੋਬਾਈਲਾਂ ਦੀ ਸ਼ੋਪ ਹੈ ਨਜ਼ਰ ਨਹੀਂ ਆ ਰਿਹਾ ਬੋਰਡ ਧੁੱਪ ਦੀ ਵਜ੍ਹਾ ਤੋਂ ਅਤੇ ਉਹ ਇੱਕ ਦੁਕਾਨ ਹੈ ਗਰੋਸਰੀ ਦੀ ਅਤੇ ਉਸ ਤੋਂ ਇਲਾਵਾ ਇੱਥੇ ਨਾਲ ਕਰਕੇ ਪਾਰਕ ਹੈ ਹੋਸਪਿਟਲ ਹੈ ਹੋਸਪਿਟਲ ਅੱਜ ਸੰਡੇ ਹੈ ਜਿਹੜਾ ਫਰੰਟ ਹੈ ਇਹਦਾ ਬੰਦ ਹੈ ਬੈਕ ਤਾਂ ਐਮਰਜੈਂਸੀ ਹੈ ਐਮਰਜੈਂਸੀ ਜਿਹੜੀ ਹੈ ਉਹ 24 ਆਵਰਸ ਹੈ ਉਹ ਖੁੱਲ੍ਹੀ ਹੋਈ ਨਹੀਂ ਤਕਰੀਬਨ ਉਸਦਾ ਗੇਟ ਜਿਹੜਾ ਉਹ ਉਸ ਸਾਈਡ ਦਾ ਐਂਡ ਦਾ ਇਹ ਹੋਸਪਿਟਲ ਹੈ ਇਹ ਬੰਦ ਹੈ ਇਹ ਸਾਰਾ ਪਾਰਕ ਹੈ ਉਹ ਥੱਲੇ ਕਰਕੇ ਜਿਹਨੂੰ ਅਸੀਂ ਮਰਸ਼ ਆਖਦੇ ਹਾਂ ਪਾਕਿਸਤਾਨੀ ਇੰਡੀਅਨ ਲੋਕ ਉਹ ਵੈ ਉਹ ਉੱਥੇ ਲੱਗੇ ਕਾਫੀ ਰਸ਼ ਹੈ ਕਾਫੀ ਰਸ਼ ਤੁਸੀਂ ਵੇਖ ਸਕਦੇ ਹੋ ਕਿਤਨੇ ਬੰਦੇ ਨਜ਼ਰ ਆ ਰਹੇ ਬਹੁਤ ਰਸ਼ ਅੱਜ ਅਤੇ ਐਸੀ ਛੋਟਾ ਇਸਨੂੰ ਜਿਹੜਾ ਪਾਰਕ ਦੇ ਪਹਾੜੀ ਤੋਂ ਆ ਦੇਣਾ ਜਿਹੜਾ ਪਾਰਕ ਹੈ ਨਾ ਪਹਾੜੀ ਤੋਂ ਮਤਲਬ ਚਿੜੀਆਂ ਜਿਹੜੀਆਂ ਹੁੰਦੀਆਂ ਛੋਟੀਆਂ ਛੋਟੀਆਂ ਚਿੜੀਆਂ ਜਿਹੜੀਆਂ ਜਿਸ ਤਰ੍ਹਾਂ ਆਸਟ੍ਰੇਲੀਅਨ ਤੋਤੇ ਨਹੀਂ ਹੁੰਦੇ ਉਸ ਤਰ੍ਹਾਂ ਛੋਟੀਆਂ ਛੋਟੀਆਂ ਚਿੜੀਆਂ ਆਉਂਦੀਆਂ ਉਹਨਾਂ ਨੇ ਇੱਥੇ ਪਹਾੜੀ ਤੋਂ ਆ ਦੇਣ ਪਹਾੜੀ ਤੋਂ ਲੋਕ ਉਹਨਾਂ ਨੂੰ ਲੈ ਕੇ ਆਏ ਹੋਣੇ ਨੇ ਮੈਂ ਤੁਹਾਨੂੰ ਉਹ ਵੀ ਚੈੱਕ ਕਰਾ ਦੇਣਾ ਉਹਨਾਂ ਨੇ ਪਿੰਜਰਿਆਂ ਵਿੱਚ ਡੱਕੀਆਂ ਹੋਣੀਆਂ ਨੇ ਅਤੇ ਉਹ ਉਹਨਾਂ ਨੂੰ ਇੱਥੇ ਲੈ ਕੇ ਆਉਂਦੇ ਤਾਂ ਅਸੀਂ ਇਸ ਪਾਰਕ ਦਾ ਨਾਂ ਪੈ ਗਿਆ ਪਾਰਕ ਦੇ ਪਹਾੜੀ ਤੋਂ ਅਤੇ ਮੇ ਬੀ ਉੱਥੇ ਲੈ ਕੇ ਬੈਠੇ ਹੋਣ ਉਹ ਵੀ ਤੁਹਾਨੂੰ ਚੈੱਕ ਕਰਾਉਂਦੇ ਹਾਂ ਪਿੱਛੇ ਵੇਖ ਸਕਦੇ ਹੋ ਇਸ ਦੇ ਜਿਹੜਾ ਥੱਲੇ ਵਾ ਨਾ ਪੂਰੀ ਜਿਤਨਾ ਵੱਡਾ ਪਾਰਕ ਹੈ ਨਾ ਥੱਲੇ ਅੰਡਰਗਰਾਊਂਡ ਪਾਰਕਿੰਗ ਹੈ ਕਮ ਅਜ਼ ਕਮ ਜਿਹੜਾ ਉਹ 2000 ਗੱਡੀ ਜਿਹੜੀ ਆ ਉਹ ਇਸ ਥੱਲੇ ਇਸ ਪਾਰਕ ਦੇ ਥੱਲੇ ਖਲੋਤੀ ਹੈ ਜੀ
No sé. Yo tengo que estar en la cama estirada. Yo creo que viene por muy lejos. Yo no lo sé, pero yo nunca he podido dormir. Puede ser. ਹਾਂਜੀ ਉਹ ਬੈਠੇ ਨੇ ਜਨਾਬ ਚਿੜੀਆਂ ਛਿੜੀਆਂ ਲੈ ਕੇ ਇਸ ਪਾਰਕ ਦਾ ਨਾਮ ਪਹਾੜੀ ਤੋਂ ਜਿਹੜਾ ਉਹ ਇਸਦੀ ਵਜ੍ਹਾ ਤੋਂ ਕਰਕੇ ਰੱਖਿਆ ਗਿਆ ਵੀ ਜਿਤਨੇ ਵੀ ਇੱਥੇ ਬਾਬੇ ਜਿਨ੍ਹਾਂ ਨੇ ਚਿੜੀਆਂ ਰੱਖੀਆਂ ਹੋਣੀਆਂ ਉਹ ਆਪਣੀਆਂ ਚਿੜੀਆਂ ਲੈ ਕੇ ਆਉਣੇ ਇੱਥੇ ਆ ਤੁਹਾਨੂੰ ਚਿੜੀਆਂ ਚੈੱਕ ਕਰਾ ਲਓ ਆਹ ਵੇਖ ਰਹੇ ਹੋ ਸਰ ਤੁਸੀਂ ਸਾਰੇ ਚਿੜੀਆਂ ਇੱਥੇ ਲੈ ਕੇ ਬੈਠੇ ਨੇ ਤੋੜ ਤੋਣੀ ਉਹਨੂੰ ਤਾਂ ਵਾਸਤੇ ਜਿਹੜਾ ਪਾਰਕ ਦੇ ਬਾਹਰ ਹੀ ਤੋਰ ਕਿੰਨੀ ਪਿਆਰੀਆਂ ਚਿੜੀਆਂ ਨੇ ਇਹਦਾ ਨਾਂ ਜਿਹੜਾ ਤਾਂ ਪਾਰਕ ਦੇ ਪਾਰਕ ਬਾਹਰ ਤੋਂ ਅਤੇ ਇਹ ਜਿਹੜਾ ਇਹਨਾਂ ਨੂੰ ਕਵਰ ਕਰਕੇ ਰੱਖਦੇ ਰਹਿ ਸਕਦੇ ਕਿ ਪਿੰਜਲਿਆਂ ਪਰ ਕਿਸ ਤਰ੍ਹਾਂ ਕਵਰ ਚੜਿਆ ਇਹ ਅੱਜ ਇਹਨਾਂ ਨੂੰ ਆਏ ਜ਼ਰਾ ਧੁੱਪ ਲਵਾਉਣ ਵਾਸਤੇ ਠੀਕ ਹੈ ਚਲੋ ਜੀ ਅੱਜ ਦੀ ਵੀਡੀਓ ਖਤਮ ਕਰਦੇ ਹਾਂ ਇੱਥੇ ਛੋਟੀ ਜਿਹੀ ਇਨਫੋਰਮੇਸ਼ਨ ਸੀ ਫਲੋਰੀਦਾ ਦੇ ਬਾਰੇ ਵਿੱਚ ਅੱਜ ਦੀ ਮਾਰਕੀਟ ਤੁਸੀਂ ਵੇਖ ਸਕਦੇ ਹੋ ਪਿੱਛੇ ਕਿੰਨਾ ਰਸ਼ ਹੈ ਇਹ ਅੱਜ ਦੀ ਮਾਰਕੀਟ ਲੱਗੀ ਹੈ ਇੱਥੇ ਸੰਡੇ ਮਾਰਕੀਟ ਡੋਮਿੰਗੋ ਮਾਰਕੀਟ ਅਤੇ ਵੀਡੀਓ ਅੱਜ ਦੀ ਖਤਮ ਕਰਦੇ ਹਾਂ ਮਿਲਾਂਗੇ ਇਨਸ਼ਾਅੱਲਾ ਨੈਕਸਟ ਵੀਡੀਓ 'ਚ ਆਸਤਾ ਆਸਤਾ ਤੁਹਾਨੂੰ ਹੁਣ ਮੈਂ ਸਪੇਨ ਦੀ ਸੈਰ ਕਰਾਵਾਂਗਾ ਜਗ੍ਹਾ ਮੁਖਤਲਿਫ ਜਗ੍ਹਾ ਦੀ ਅੱਜ ਮੈਂ ਤੁਹਾਨੂੰ ਫਲੋਰੀਦਾ ਦਾ ਇੱਕ ਪਾਰਕ ਚੈੱਕ ਕਰਾਇਆ ਜਿੱਥੇ ਸੰਡੇ ਵਾਲੇ ਦਿਨ ਕਾਫੀ ਰਸ਼ ਹੁੰਦਾ ਹੈ ਚਿੜੀਆਂ ਸਿਰਫ ਉੱਥੇ ਛੋੜ ਕੇ ਇਹ ਵੇਖੋ ਇਸ ਸਾਈਡ ਦਾ ਤੋੜ ਤੱਕ ਦੇਖ ਸਕਦੇ ਹੋ ਤੋੜ ਤੱਕ ਇਤਨੇ ਡਿਫਰੈਂਟ ਚਿੜੀਆਂ ਤਾਂ ਪਿਆਰੀਆਂ ਚਿੜੀਆਂ ਆਸਟ੍ਰੇਲੀਅਨ ਤੋਤੇ ਵੀ ਵੇਖਿਆ ਚਾਚਾ ਜੀ ਥੋੜ੍ਹਾ ਜਿਹਾ ਅੱਛਾ ਦੇਖੋ ਕਿੰਨੀਆਂ ਪਿਆਰੀਆਂ ਡਿਫਰੈਂਟ ਕਲਰ ਦੀਆਂ ਚਿੜੀਆਂ ਨਜ਼ਰ ਆ ਰਹੀਆਂ ਚਾਚੇ ਚੂਚੇ ਅੱਗੇ ਖਲੋਤੇ ਹੁਣ ਉਹ ਤੱਕਣ ਲੱਗੇ ਇਹ ਦੇਖੋ ਕਿੰਨੀਆਂ ਪਿਆਰੀਆਂ ਇਹ ਸਾਡੇ ਆਸਟ੍ਰੇਲੀਅਨ ਤੋਤੇ ਜਿਹਨਾਂ ਨੂੰ ਅਸੀਂ ਆਸਟ੍ਰੇਲੀਅਨ ਤੋਤੇ ਆਉਂਦੇ ਹਾਂ ਇਹ ਵੇਖੋ ਕਿੰਨੇ ਪਿਆਰੇ ਚਲੋ ਵੀਡੀਓ ਖਤਮ ਕਰਦੇ ਹਾਂ ਕਾਫੀ ਲੰਮੀ ਵੀਡੀਓ ਹੋ ਗਈ ਹੈ ਅਤੇ ਇਨਸ਼ਾਅੱਲਾ ਤੁਹਾਨੂੰ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਆਸਤਾ ਆਸਤਾ ਮੈਂ ਤੁਹਾਨੂੰ ਕਿਹਾ ਵੀ ਬੱਸ ਲਾਉਣੇ ਦੀ ਤੁਹਾਨੂੰ ਸੈਰ ਕਰਾਉਣੀ ਆਸਤਾ ਆਸਤਾ ਹੁਣ ਮੈਂ ਜਿੱਥੇ ਵੀ ਜਾਣਾ ਵੀਡੀਓ ਲਾਜ਼ਮੀ ਤਿਆਰ ਕਰਨੀ ਹੈ ਵੀਡੀਓ ਪਸੰਦ ਆਏ ਕਮੈਂਟ ਕਰਿਓ ਮਜ਼ੀਦ ਮਾਲੂਮਾਤ ਵਾਸਤੇ ਜਿਹੜੀ ਸਪੇਨ ਦੀ ਹੈ ਉਸ ਵਾਸਤੇ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰੋ ਮੈਸੇਜ ਕਰੋ ਮੈਂ ਇਨਸ਼ਾਅੱਲਾ ਜ਼ਰੂਰ ਜਵਾਬ ਦਿਆਂਗਾ ਅਤੇ ਮਿਲਦੇ ਹਾਂ ਨੈਕਸਟ ਵੀਡੀਓ 'ਚ ਅਸਲਾਮ ਅਲੈਕੁਮ ਨਹੀਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਥੋੜ੍ਹੀ ਜਿਹੀ ਹੋਰ ਚੈੱਕ ਕਰਾਉਣੀ ਇੱਕ ਚੀਜ਼ ਇੱਕੋ ਇੱਕ ਚੀਜ਼ ਹੋਰ ਚੈੱਕ ਕਰਾਉਣੀ ਵੀਡੀਓ ਵੇਖੋ ਇਹ ਵੇਖੋ ਇੱਧਰ ਪਾਰਕ ਜਿਹੜਾ ਬਣਿਆ ਬੱਚਿਆਂ ਵਾਸਤੇ ਟੋਟਲ ਝੂਲੇ ਲੱਗੇ ਨੇ ਅਤੇ ਤਕਰੀਬਨ 200 ਮੀਟਰ ਦਾ ਫਾਸਲਾ ਦੇ ਕੇ ਨਾ ਇੱਧਰ ਜਿਹੜਾ ਪਾਰਕ ਬਣਿਆ ਹੈ ਨਾ ਇਹ ਲਾ ਇਹ ਕੁੱਤਿਆਂ ਵਾਸਤੇ ਬਣਾਇਆ ਗਿਆ ਇਹ ਇੱਥੇ ਸਾਰੇ ਕੁੱਤੇ ਖੇਡਦੇ ਕਿੰਨੀ ਅਜੀਬ ਗੱਲ ਹੈ ਨਾ ਬਈ ਇੱਥੇ ਕੁੱਤਿਆਂ ਵਾਸਤੇ ਵੀ ਪਾਰਕ ਬਣੇ ਆ ਇੱਥੇ ਦੇ ਰੂਲ ਤੁਹਾਨੂੰ ਪਤਾ ਹੀ ਹੋਣਾ ਬਈ ਕੁੱਤਾ ਜਿਲ੍ਹਾ ਗੰਦ ਕਰਦਾ ਅਤੇ ਆਪੇ ਚੁੱਕਾ ਜਿਹੜੇ ਨੇ ਉਸਨੂੰ ਬਿਨ ਵਿੱਚ ਸੁੱਟਦੇ ਇਹ ਨਹੀਂ ਕਿ ਜਗ੍ਹਾ ਜਗ੍ਹਾ ਤਾਂ ਜਿਹੜਾ ਉਹ ਗੰਦ ਪਏ ਆ ਕਿਉਂਕਿ ਕੁੱਤੇ ਇੱਥੇ ਤਕਰੀਬਨ ਹਰ ਦੂਸਰੇ ਘਰ ਵਿੱਚ ਜਿਸ ਤਰ੍ਹਾਂ ਪਾਕਿਸਤਾਨ ਵਿੱਚ ਹਰ ਦੂਸਰੇ ਘਰ 'ਚ ਦੋ ਦੋ ਚਾਰ ਚਾਰ ਮੋਟਰਸਾਈਕਲ ਹਨ ਨਾ ਇਸ ਤਰ੍ਹਾਂ ਇੱਥੇ ਵੀ ਹਰ ਦੂਸਰੇ ਘਰ 'ਚ ਦੋ ਦੋ ਚਾਰ ਚਾਰ ਕੁੱਤੇ ਲਾਜ਼ਮੀ ਹਨ ਇਸ ਵਾਸਤੇ
ਅਗਰ ਇਹ ਗੰਦ ਨਹੀਂ ਚੁੱਕਣਗੇ ਤਾਂ ਬਾਰਸਲੋਨਾ ਸਪੇਨ ਜਿਹੜਾ ਉਹ ਬਹੁਤ ਗੰਦਾ ਹੋ ਜਾਵੇਗਾ, ਕਿਉਂਕਿ ਬਹੁਤ ਜ਼ਿਆਦਾ ਕੁੱਤੇ ਨੇ ਇੱਥੇ। ਤਾਂ ਇਸ ਵਜ੍ਹਾ ਤੋਂ ਇਹ ਜਿਹੜਾ ਗੰਦ ਚੁੱਕਿਆ ਰੂਲ, ਅਗਰ ਨਹੀਂ ਚੁੱਕਣਗੇ ਕੋਈ ਵੇਖ ਲਿਆ ਉਸਨੂੰ ਜੁਰਮਾਨਾ ਪਏਗਾ ਇਸ ਚੀਜ਼ ਦਾ। ਵੀ ਕੁੱਤਾ ਗੰਦ ਕਰ ਰਿਹਾ ਤਾਂ ਮਾਲਕ ਉਹਦਾ ਨਹੀਂ ਚੁੱਕੇਗਾ ਤਾਂ ਉਸਨੂੰ ਜੁਰਮਾਨਾ ਪੈ ਸਕਦਾ। ਦੂਸਰੀ ਗੱਲ, ਹਰ ਦੂਸਰੇ ਦਿਨ ਇੱਕ ਵੱਡੀ ਗੱਡੀ ਆਉਣੀ ਹੈ, ਟੈਂਕਰ ਜਿਹੜਾ ਆਉਣਾ, ਉਹ ਵਿੱਚ ਪ੍ਰੈਸ਼ਰ ਪਾਈਪ ਜਿਹੜਾ ਉਹਨਾਂ ਨਾ ਉਹ ਸਫਾਈ ਵਾਲਾ, ਜਿਸ ਤਰ੍ਹਾਂ ਉੱਥੇ ਸਰਵਿਸ ਸਟੇਸ਼ਨਾਂ ਤਾਂ ਹੋਣੇ ਗੱਡੀਆਂ ਧੋਣ ਵਾਸਤੇ ਪ੍ਰੈਸ਼ਰ ਵਾਲਾ ਪਾਈਪ ਨਾਲੋਂ ਨਿਕਲਦਾ ਪਾਣੀ, ਉਹ ਹੀ ਸੇਮ ਚੀਜ਼ ਹੋਣੀ ਹੈ ਇਸ ਉਸ ਨਾਲੋਂ ਗਲੀਆਂ ਧੋਣੇ ਹਰ ਦੂਸਰੇ ਤੀਸਰੇ ਦਿਨ ਲਾਜ਼ਮੀ ਆਉਣੇ। ਅਤੇ ਜਿਹੜੇ ਬਿਨ ਪਏ ਨੇ ਇੱਥੇ ਵੱਡੇ ਵੱਡੇ, ਉਹ ਨਜ਼ਰ ਆਉਣ ਲੱਗੇ ਹੋਣੇ ਤਾਂ ਉਹਨੂੰ ਵੱਡੇ ਵੱਡੇ ਬਿਨ ਜਿਹੜੇ। ਠੀਕ ਇੱਕ ਵੀਕ ਬਾਅਦ ਇੱਕ ਗੱਡੀ ਆਉਣੀ ਹੈ ਜਿਹੜੀ ਇਸਨੂੰ ਚੁੱਕ ਕੇ ਆਪਣੇ ਅੰਦਰ ਲੈ ਜਾਣੀ ਹੈ, ਅੰਦਰ ਉਹਦੇ ਸ਼ਾਵਰ ਵਗੈਰਾ ਲੱਗੇ ਨਹੀਂ ਜੇ ਕੁਝ ਵੀ ਹੈ, ਮਤਲਬ ਇਹਨੂੰ ਧੋਣ ਵਾਸਤੇ, ਉਹ ਧੋ ਕੇ ਫਿਰ ਵਾਪਸ ਇਸ ਵਿੱਚ ਸਪਰੇ ਮਾਰ ਕੇ, ਜਿਹੜੀ ਖੁਸ਼ਬੋ ਵਾਲੀ ਹੋਣੀ ਹੈ ਏਅਰ ਫਰੈਸ਼ਨਰ, ਉਹ ਮਾਰ ਕੇ ਅਤੇ ਫਿਰ ਇੱਥੋਂ ਇਸਨੂੰ ਵਾਪਸ ਰੱਖਦੀ ਹੈ। ਯੂਰਪ ਸਹੂਲਤਾਂ ਬਹੁਤ ਹਨ, ਲੇਕਿਨ ਪਰਦੇਸ ਹੈ ਜ਼ਾਹਰੀ ਗੱਲ ਹੈ, ਮੁਸ਼ਕਲ ਹੈ ਜਿਹੜੇ ਇਕੱਲੇ ਨੂੰ ਉਹਨਾਂ ਵਾਸਤੇ, ਫੈਮਿਲੀ ਵਾਲਿਆਂ ਵਾਸਤੇ ਵੀ ਥੋੜ੍ਹੀ ਬਹੁਤੀ ਮੁਸ਼ਕਲ ਹੈ। ਲੇਕਿਨ ਜਿਲ੍ਹਾ ਅੱਲਾ ਪਾਕ ਬਾਂਹ ਫੜ ਲਵੇ ਨਾ ਫਿਰ ਸੁੱਖ ਹੋ ਜਾਣਾ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਵੀਡੀਓ ਪਸੰਦ ਆਈ ਹੈ ਅਤੇ ਕਮੈਂਟ ਸ਼ੇਅਰ ਕਰੋ। ਇਤਨੀ ਖਾਸ ਵੀਡੀਓ ਨਹੀਂ ਹੈ, ਬਹਰਹਾਲ ਪ੍ਰੋਫੈਸ਼ਨਲ ਤਰੀਕੇ ਨਾਲ ਨਹੀਂ ਬਣੀ, ਐਵੇਂ ਬਸ ਮੈਂ ਲੈਟਰਾਂ ਪਟਰਾਂ ਮਾਰਦਾ ਪਿਆ। ਬਹਰਹਾਲ ਜੇ ਪਸੰਦ ਆਈ ਹੈ ਤਾਂ ਲਾਈਕ ਕਰ ਦਿਓ ਅਤੇ ਮਿਲਦੇ ਹਾਂ ਇਨਸ਼ਾਅੱਲਾ ਨੈਕਸਟ ਵੀਡੀਓ 'ਚ। ਅਸਲਾਮ ਵਾਲੇਕੁਮ।